ਬਣਾਇਆ ਜਾਵੇ। ਸਮੀਕਰਨਾਂ ਤੋਂ ਬਾਅਦ ਸਿੱਖ ਕੌਮ ਦੇ ਬੁੱਧੀਜੀਵੀਆਂ ਦੇ ਨਾਲ ਵਿਚਾਰ ਗੋਸ਼ਟੀਆਂ ਦੀ ਇੱਕ ਸ਼ੁਰੂ ਕੀਤੀ ਗਈ ਸੀ ਪਰੰਪਰਾ, ਜਿਹਦੀ ਇੱਕ ਗੋਸ਼ਟੀ ਪਹਿਲਾਂ ਜਲੰਧਰ ਵਿਖੇ ਅਤੇ ਅੱਜ ਦੂਸਰੀ ਗੋਸ਼ਟੀ ਚੰਡੀਗੜ੍ਹ ਵਿਖੇ ਹੋਈ ਹੈ, ਜਿਹਦੇ ਵਿੱਚ ਸਿੱਖਾਂ ਦੀਆਂ ਮਾਇਨਾਜ਼ ਹਸਤੀਆਂ ਨੇ ਹਿੱਸਾ ਲਿਆ। ਔਰ ਇਹਦੇ ਵਿੱਚ ਕੁਛ ਜਿਹੜੇ ਅੱਗੇ ਤਾਜ਼ਾ ਸਮੀਕਰਨਾਂ ਨੂੰ ਦੇਖਦਿਆਂ ਅਗਲੇ ਭਵਿੱਖ ਦੀ ਕੁਛ ਰਣਨੀਤੀ ਦੇ ਤੌਰ 'ਤੇ ਕੋਈ ਚਾਰ ਕੁ ਮਤੇ ਜਿਹੜੇ ਨੇ ਉਹ ਇਸ ਗੋਸ਼ਟੀ ਦੇ ਵਿੱਚ ਫਾਈਨਲ ਕੀਤੇ ਗਏ ਨੇ, ਜਿਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਸਮਝੀ ਗਈ ਕਿ ਜਿਸ ਤਰੀਕੇ ਦੇ ਨਾਲ ਗੋਦੀ ਮੀਡੀਆ ਰਾਹੀਂ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਇੱਕ ਫਰਜ਼ੀ ਬਰਤਾਂਤ ਖੜਾ ਕੀਤਾ ਜਾ ਰਿਹਾ, ਉਸ ਬਰਤਾਂਤ ਨੂੰ ਭੰਨਣ ਲਈ, ਉਹਨੂੰ ਮੋੜਾ ਦੇਣ ਲਈ ਸਿੱਖਾਂ ਦਾ ਆਪਣਾ ਮੀਡੀਆ ਵਿੰਗ ਜਿਹੜਾ ਉਸ ਸਥਾਪਿਤ ਕੀਤਾ ਜਾਵੇ ਜਿਹੜਾ ਕਿ ਇਸ ਬਰਤਾਂਤ ਨੂੰ ਮੋੜ ਸਕੇ ਔਰ ਆਪਣਾ ਸਹੀ ਬਰਤਾਂਤ ਜਿਹੜਾ ਆ ਉਹ ਲੋਕਾਂ ਅੱਗੇ ਰੱਖ ਸਕੇ। ਸਿੱਖਾਂ ਦਾ ਬੁੱਧੀਜੀਵੀਆਂ ਦਾ ਇੱਕ ਥਿੰਕ ਟੈਂਕ ਬਣਾਇਆ ਜਾਵੇ ਜਿਹੜਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਬਰਤਾਂਤ ਸਰਜਿਆ ਜਾਂਦਾ ਹੈ ਉੱਥੇ ਕੋਈ ਬੌਧਿਕ ਅਗਵਾਈ ਜਿਹੜੀ ਆ ਉਹ ਸਿੱਖ ਕੌਮ ਨੂੰ ਦਿੱਤੀ ਜਾ ਸਕੇ। ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਸਾਡੇ ਵਾਂਗ ਹੀ ਸਟੇਟ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ, ਉਹਨਾਂ ਦੇ ਆਗੂਆਂ ਨਾਲ ਵਿਚਾਰ ਕਰਕੇ ਇੱਕ ਸਾਂਝਾ ਪਲੇਟਫਾਰਮ ਜਿਹੜਾ ਸਮਾਜਿਕ ਪਲੇਟਫਾਰਮ ਬਣਾਇਆ ਜਾਵੇ। ਔਰ ਭਾਰਤੀ ਹਕੂਮਤ ਨੂੰ ਜਿਹੜੇ ਦੋ ਸੁਨੇਹੇ ਨੇ ਕਿ ਉਹ ਸਿੱਖਾਂ ਦੀ ਨਕਾਰੀ ਹੋਈ ਲੀਡਰਸ਼ਿਪ ਨੂੰ ਛੱਡ ਕੇ ਸਿੱਖਾਂ ਦੇ ਜਿਹੜੀ ਆ ਅਸਲ ਸਮੱਸਿਆ ਉਹਨੂੰ ਸਮਝਣ ਲਈ ਔਰ ਉਹਦਾ ਹੱਲ ਕਰਨ ਲਈ ਸਿੱਖ ਬੁੱਧੀਜੀਵੀਆਂ ਨਾਲ ਆਪਣੀ ਗੱਲਬਾਤ ਦਾ ਰਸਤਾ ਖੋਲ੍ਹੇ ਔਰ ਗੱਲਬਾਤ ਰਾਹੀਂ ਹੀ ਜਿਹੜੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਇੱਕ ਯਤਨ ਆਰੰਭੇ। ਔਰ ਸਾਡੀ ਜਿਹੜੀ ਲੜਾਈ ਹੈ ਉਹ ਬਿਲਕੁਲ ਕੁਦਰਤੀ ਅਤੇ ਹੱਕੀ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਵਿਚਾਰਧਾਰਾ ਮੁਤਾਬਕ ਸਮਾਜਿਕ ਬਰਾਬਰਤਾ ਦੀ ਔਰ ਸਭਨਾਂ ਲਈ ਬਰਾਬਰ ਨਿਆਂ ਦੀ ਲੜਾਈ ਵਜੋਂ ਹੀ ਇਹ ਲੜਾਈ ਨੂੰ ਲੜ ਰਹੇ ਹਾਂ। ਔਰ ਇਸ ਵਿਚਾਰਧਾਰਾ ਦੀ ਕਦਰ ਕਰਦਿਆਂ ਸਿੱਖਾਂ ਦੇ ਨਾਲ ਜਿਹੜਾ ਉਹਨਾਂ ਦੇ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਣ ਕੇ ਸਮਝ ਕੇ ਇੱਕ ਨਿਆਂ ਦੀ ਜਿਹੜੀ ਪਰੰਪਰਾ ਉਹ ਅੱਗੇ ਸ਼ੁਰੂ ਕੀਤੀ ਜਾਵੇ। ਸੋ ਇਹ ਅੱਜ ਦੇ ਡਿਸਕਸ਼ਨ ਦੇ ਵਿੱਚੋਂ ਨਿਕਲੇ ਹੋਏ ਮਤੇ ਨੇ। ਇਸ ਦੇ ਬਾਰੇ ਕੋਈ ਵੀ ਅੱਗੇ ਜਿਹੜੀ ਇਹਦੇ ਆਧਾਰ 'ਤੇ ਅੱਗੇ ਕੰਮ ਸ਼ੁਰੂ ਕੀਤਾ ਜਾਏਗਾ ਜ਼ਮੀਨੀ ਪੱਧਰ 'ਤੇ, ਪੰਜਾਬ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਸੰਸਥਾਵਾਂ ਨੂੰ ਇਸ ਰਾਹ 'ਤੇ ਤੋਰਨ ਲਈ ਲਾਮਬੰਦ ਕਰਨ ਲਈ ਅੱਗੇ ਮੀਟਿੰਗਾਂ ਜਿਹੜੀਆਂ ਨੇ ਹੁਣ ਪਿੰਡਾਂ ਅਤੇ ਸ਼ਹਿਰਾਂ 'ਚ ਕੀਤੀਆਂ ਜਾਣੀਆਂ ਨੇ। ਔਰ ਇਹਨਾਂ ਗੋਸ਼ਟੀਆਂ ਦੇ ਵਿੱਚ ਜਿਹੜਾ ਸਾਡੇ ਕੋਲ ਜੋ ਸੇਧ ਸਾਡੇ ਕੋਲ ਨਿਕਲ ਕੇ ਵਿਦਵਾਨਾਂ ਵੱਲੋਂ ਸਾਹਮਣੇ ਆਈ ਹੈ ਉਹਨੂੰ ਪਿੰਡਾਂ ਤੱਕ ਲਿਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ।